ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਵੀਡੀਓ ਐਡੀਟਿੰਗ ਐਪਲੀਕੇਸ਼ਨ ਲੈ ਕੇ ਆਇਆ ਜਿਸ ਦਾ ਨਾਮ ਹੈ ਯੂ ਕੱਟ ਵੀਡੀਓ ਐਡੀਟਰ ਤੁਸੀਂ ਇਸ ਨੂੰ ਸਿੰਪਲੀ ਪਲੇ ਸਟੋਰ ਤੇ ਜਾ ਕੇ ਯੂ ਕੱਟ ਲਿਖ ਕੇ ਇੰਸਟਾਲ ਕਰ ਸਕਦੇ ਹੋ ਜਾਂ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਿੱਤਾ ਹੈ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਸ ਨੂੰ ਇੰਸਟਾਲ ਕਰ ਸਕਦੇ ਹੋ ਮੈਂ ਪਹਿਲਾਂ ਹੀ ਇੰਸਟਾਲ ਕੀਤੀ ਹੋਈ ਹੈ ਮੈਂ ਸਿੰਪਲੀ ਇਸ ਨੂੰ ਓਪਨ ਕਰਦਾ ਜਦੋਂ ਇਸ ਨੂੰ ਆਪਾਂ ਓਪਨ ਕਰਦੇ ਆ ਜਾਂ ਇਸ ਤਰ੍ਹਾਂ ਦਾ ਇੰਟਰਫੇਸ ਆਉਂਦਾ نیچے ਲਿਖਿਆ ਐਡਿਟ ਯਰ ਫਰਸਟ ਵੀਡੀਓ ਜਿਹੜਾ ਪਲੱਸ ਦਾ ਨਿਸ਼ਾਨ ਆ ਤੁਸੀਂ ਪਲੱਸ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਇਹ ਕੁਝ ਪਰਮਿਸ਼ਨਸ ਮੰਗੇਗਾ ਤੁਸੀਂ ਅਲਾਉ ਕਰ ਦੇਣਾ ਉਸ ਤੋਂ ਬਾਅਦ ਜਿੰਨੀਆਂ ਤੁਹਾਡੇ ਫੋਨ ਦੇ ਵਿੱਚ ਵੀਡੀਓਜ਼ ਪਈਆਂ ਨੇ ਸਾਰੀਆਂ ਇੱਥੇ ਆ ਜਾਣਗੀਆਂ ਸਾਈਡ ਤੇ ਫੋਟੋਜ਼ ਹੋਣਗੀਆਂ ਤੇ ਆ ਇਧਰ ਆ ਲਿਖਿਆ ਹੋਊਗਾ ਫੋਟੋ ਵੀਡੀਓਜ਼ ਮਿਕਸ ਹੋਣਗੇ ਤੁਸੀਂ ਇਹਦੇ ਵਿੱਚੋਂ ਜਿਹੜੀ ਵੀਡੀਓ ਐਡਿਟ ਕਰਨਾ ਚਾਹੁੰਦੇ ਹੋ ਇੱਕ ਕਰਨਾ ਚਾਹੁੰਦੇ ਹੋ ਦੋ ਕਰਨਾ ਚਾਹੁੰਦੇ ਹੋ ਸਾਰੀਆਂ ਚੱਕ ਲੈਣੀਆਂ ਨੇ ਤੇ ਮੈਂ ਇਸ ਦੇ ਵਿੱਚੋਂ ਕੋਈ ਦੋ ਵੀਡੀਓ ਸਿਲੈਕਟ ਕਰ ਲੈਣਾ ਇੱਕ ਇਹ ਹੋਗੀ ਇੱਕ ਇਹ ਹੋਗੀ ਉਸ ਤੋਂ ਬਾਅਦ ਸਿੰਪਲੀ ਤੁਸੀਂ ਇਸ ਐਰੋ ਤੇ ਕਲਿੱਕ ਕਰ ਦੇਣਾ ਤੇ ਉਹ ਸਾਰੀਆਂ ਵੀਡੀਓਜ਼ ਤੁਹਾਡੇ ਕੋਲ ਇੱਥੇ نیچے ਆ ਜਾਣਗੇ ਠੀਕ ਹੈ ਜੀ ਦੇਖੋ ਲਿਖਿਆ ਹੈ ਰੈਕ ਕਲਿੱਕ ਥੰਬਨੇਲ ਟੂ ਓਪਨ ਦਾ ਕੁਇਕ ਮੀਨੂ ਅਗਰ ਤੁਸੀਂ ਕੋਈ ਇਸ ਤੇ ਐਡੀਟਿੰਗ ਕਰਨਾ ਚਾਹੁੰਦੇ ਹੋ ਤਾਂ ਇਸ ਤੇ ਜੀ ਕਲਿੱਕ ਕਰ ਸਕਦੇ ਹੋ ਤਾਂ ਬਹੁਤ ਸਾਰੀ ਆਪਸ਼ਨ ਜੀ ਖੁੱਲ ਜਾਂਦੀਆਂ ਨੇ ਮੰਨ ਲਓ ਸਭ ਤੋਂ ਪਹਿਲਾਂ ਵੀ ਤੁਸੀਂ ਤੁਹਾਨੂੰ ਇਹ ਥੋੜੀ ਜੀ ਵੀਡੀਓ ਅੱਗੇ ਨਹੀਂ ਚਾਹੀਦੀ ਤੁਸੀਂ ਇਸ ਨੂੰ ਕ੍ਰੋਪ ਕਰਨਾ ਚਾਹੁੰਦੇ ਹੋ ਤੁਸੀਂ ਕੀ ਕਰੋ ਇੱਥੇ ਇਹ ਸਿੰਪਲੀ ਇਸ ਵੀਡੀਓ ਤੇ ਕਲਿੱਕ ਕਰਨਾ ਟ੍ਰਿਮ ਤੇ ਜਾਓ ਟ੍ਰਿਮ ਤੇ ਜਾ ਕੇ ਜਿੰਨੀ ਵੀਡੀਓ ਤੁਹਾਨੂੰ ਇਹ ਐਡਿਟ ਤੁਸੀਂ ਸਾਹਮਣੇ ਤੋਂ ਕੱਟਣੀ ਹੈ ਸ਼ੁਰੂ ਹੁੰਦੇ ਹੀ ਉਹਨੂੰ ਕੱਟ ਦੇ ਤੇ ਪਲੇ ਕਰਕੇ ਦੇਖ ਲਓ ਵੀ ਇਹ ਕਿੱਥੇ ਸ਼ੁਰੂ ਹੁੰਦੀ ਹੈ ਹੁਣ ਦੇਖੋ ਵੀਡੀਓ ਕਿੱਥੇ ਸ਼ੁਰੂ ਹੋਈ ਹੈ ਤੇ ਆਪਣਾ ਜਿਹੜਾ ਅੱਗੇ ਵਾਲਾ ਪਾਰਟ ਸੀਗਾ ਉਹ ਕੱਟਿਆ ਗਿਆ ਉਸ ਤੋਂ ਬਾਅਦ ਸਿੰਪਲੀ ਇਸੇ ਓਕੇ ਕਰਕੇ ਬਾਹਰ ਆ ਜਾਣਾ ਉਸ ਤੋਂ ਬਾਅਦ ਤੁਸੀਂ ਦੇਖੋ ਸਪੀਡ ਚੇਂਜ ਕਰ ਸਕਦੇ ਹੋ ਸਪੀਡ ਤੇ ਸਪੀਡ ਤੁਸੀਂ ਥੋੜੀ ਜਿਹੀ ਵਧਾਉਣੀ ਹੋਵੇ ਤਾਂ ਜਲਦੀ ਵੀਡੀਓ ਤਾਂ ਸਾਰਾ ਕੁਝ ਜਲਦੀ ਕਰਨ ਲੱਗ ਜਿਗਾ ਜੇ ਥੋੜੀ ਜਿਹੀ ਘਟਾ ਦੋ ਤਾਂ ਵੀਡੀਓ ਸਲੋ ਹੋ ਜਾਏਗੀ ਮੈਂ ਸਪੀਡ ਉਨੀ ਹੀ ਰੱਖਦਾ ਸਿੰਪਲੀ ਤੇ ਉਸ ਤੋਂ ਬਾਅਦ ਵੋਲਿਊਮ ਹੈ ਵੋਲਿਊਮ ਤੁਸੀਂ ਘਟ ਵਧ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਸਪਲਿਟ ਹੈ ਮੰ ਲਓ ਤੁਸੀਂ ਵੀਡੀਓ ਨੂੰ ਇੱਥੋਂ ਕਿਤੋਂ ਸਪਲਿਟ ਦਾ ਮਤਲਬ ਹੁੰਦਾ ਵੀ ਤੁਸੀਂ ਇਸ ਨੂੰ ਸੈਂਟਰ ਦੇ ਵਿੱਚ ਤੋੜਨਾ ਵੀਡੀਓ ਨੂੰ ਆ ਜਿੱਥੇ ਆਪਣਾ ਕਰਸਰ ਦੇਖੋ ਆਪਾਂ ਇੱਥੋਂ ਇਹਨੂੰ ਸਪਲਿਟ ਕਰਨਾ ਆਪਾਂ ਇਸ ਤੇ ਕਲਿੱਕ ਕੀਤਾ ਇੱਥੇ ਇੱਥੇ ਸਪਲਿਟ ਆ ਜਿਗਾ ਇੱਥੇ ਸੈਂਟਰ ਦੇ ਵਿੱਚੋਂ ਵੀਡੀਓ ਟੁੱਟ ਜਾਵੇਗੀ ਠੀਕ ਹੈ ਜੀ ਅਗਰ ਤੁਸੀਂ ਇਹਨਾਂ ਇਹਦੇ ਪਹਿਨੇ ਤੇ ਕਲਿੱਕ ਕਰਕੇ ਤੁਸੀਂ ਇਸ ਤੇ ਕੋਈ ਫੇਡ ਵੀ ਲਾ ਸਕਦੇ ਹੋ ਮਿਕਸ ਵੀ ਲਾ ਸਕਦੇ ਜਿਵੇਂ ਮੈਂ ਇਹ ਲਾਤਾ ਠੀਕ ਹੈ ਜੀ ਕਲਿੱਕ ਕਰਤਾ ਤਾਂ ਤੁਸੀਂ ਦੇਖਿਓ ਹੁਣ ਕਿਦਾਂ ਦਾ ਇੰਟਰਫੇਸ ਆਇਆ ਹੈ ਹਾਂ ਲੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਬਹੁਤ ਸਾਰੇ ਫਿਲਟਰ ਦਿਲਾ ਸਕਦੇ ਹੋ ਇਸ ਤੇ ਕਲਰ ਚੇਂਜ ਕਰ ਸਕਦੇ ਹੋ ਅਡਜਸਟ ਦੇ ਵਿੱਚ ਜਾ ਕੇ ਦਾ ਕੰਟਰਾਸਟ ਵਾਰਮ ਇਸ ਦਾ ਬਹੁਤ ਚੀਜ਼ਾਂ ਚੇਂਜ ਕਰ ਸਕਦੇ ਹੋ ਮੈਂ ਸਿੰਪਲੀ ਇਹੀ ਰੱਖਦਾ ਉਸ ਦੇ ਬਾਅਦ ਇਫੈਕਟਸ ਤੇ ਵਿੱਚ ਜਾ ਕੇ ਤੁਸੀਂ ਮੰਨ ਲਓ ਇੱਥੇ ਆ ਫੈਕਟ ਲਾਉਣਾ ਤਾਂ ਇਸ ਨੂੰ ਪ੍ਰੈਸ ਕਰਕੇ ਰੱਖੋ ਇਹ ਫੈਕਟ ਲੱਗ ਜਾਏਗਾ ਹੁਣ ਦੇਖੋ ਬੈਕ ਜਾ ਕੇ ਇਸ ਨੂੰ ਅ ਇਹ ਫੈਕਟ ਅਪਲਾਈ ਹੋ ਚੁੱਕਾ ਹੈ ਬਹੁਤ ਠੀਕ ਹੈ ਜੀ ਆਪਾਂ ਇਹਨਾਂ ਰੱਖ ਦਿੰਦੇ ਹਾਂ ਫੈਕਟ ਤੁਹਾਡੇ ਕੋਲ ਇੱਥੇ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਟੈਕਸਟ ਐਡ ਕਰ ਸਕਦੇ ਹੋ ਇਸ ਦੇ ਵਿੱਚ ਟੈਕਸਟ ਦੀ ਆਪਾਂ ਨੂੰ ਬਹੁਤ ਲੋੜ ਪੈਂਦੀ ਹੈ ਮੰਨ ਲਓ ਮੈਂ ਇੱਥੇ ਪ੍ਰਾਈਮ ਵੀਡੀਆ ਲਿਖ ਦੇਣਾ ਪ੍ਰਾਈਮ ਵੀਡੀਆ ਲਿਖਤਾ ਇਹਦੇ ਵਿੱਚ ਜਾ ਕੇ ਤੁਸੀਂ ਫੌਂਟ ਹੋਰ ਚੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਇਸ ਦਾ ਕਲਰ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਮੈਂ ਪ੍ਰਾਈਮ ਵੀਡੀਆ ਇੱਥੇ ਰੱਖ ਦਿੰਨਾ ਇਹਦਾ ਸਾਈਜ਼ ਘਟਾ ਦੇਣਾ ਥੋੜਾ ਜਿਹਾ ਠੀਕ ਹੈ ਜੀ ਹੁਣ ਇੱਥੇ ਮੈਂ ਰੱਖਤਾ ਮੰਨ ਲਓ ਪ੍ਰਾਈਮ ਵੀਡੀਆ ਤੁਸੀਂ ਚਾਹੁੰਦੇ ਹੋ ਸਾਰੀ ਵੀਡੀਓ ਤੇ ਆਵੇ ਤੁਸੀਂ ਇੱਥੋਂ ਸ਼ੁਰੂ ਤੇ ਲੈ ਕੇ ਐਂਡ ਤੱਕ ਕਰ ਦੋ ਇਸ ਨੂੰ ਉਸ ਤੋਂ ਬਾਅਦ ਇੱਥੋਂ ਵੀ ਸ ਇਹਨੂੰ ਹੋਲਡ ਕਰਕੇ ਰੱਖੋ ਐਂਡ ਦਾ ਕਰ ਦਿਓ ਤੇ ਇਹ ਇੱਥੇ ਤੱਕ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਟੈਕਸਟ ਤੋਂ ਬਾਅਦ ਤੁਸੀਂ ਸਟicker ਐਡ ਕਰ ਸਕਦੇ ਹੋ ਬਹੁਤ ਸਾਰੇ ਸਟickerਜ਼ ਨੇ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਫੋਨ ਦੇ ਵਿੱਚੋਂ ਵੀ ਇੰਪੋਰਟ ਕਰ ਸਕਦੇ ਹੋ ਤੁਸੀਂ ਮੰਨ ਲਓ ਇਹ ਕੋਈ ਸਟicker ਲਾਉਣਾ ਤਾਂ ਇਸ ਨੂੰ ਤੁਸੀਂ ਸਟicker ਨੂੰ ਲਾ ਸਕਦੇ ਹੋ ਠੀਕ ਹੈ ਜੀ ਵੱਡਾ ਵੱਡਾ ਕਰ ਲਓ ਥੋੜਾ ਜਿਹਾ ਵੱਡਾ ਕਰ ਸਕਦੇ ਆ ਤੇ ਛੋਟਾ ਕਰ ਸਕਦੇ ਹੋ ਤਾਂ ਇਹਨੂੰ ਉਸੇ ਤਰ੍ਹਾਂ ਇੱਥੇ ਸਿੰਪਲੀ ਓਕੇ ਕਰ ਦਿਓ ਉਸ ਤੋਂ ਬਾਅਦ ਤੁਸੀਂ ਇਸ ਨੂੰ ਪਲੇ ਕਰਕੇ ਦੇਖ ਸਕਦੇ ਹੋ ਜੋ ਆਪਾਂ ਨੇ ਲਾਇਆ ਸੀਗਾ ਉਹ ਆਪਣੇ ਕੋ ਉਦਾਂ ਹੀ ਇੱਥੇ ਪ੍ਰਾਈਮ ਵੀਡੀਆ ਲਿਖਿਆ ਹੋਇਆ ਆ ਰਿਹਾ ਹੈ ਤੇ ਹੋਰ ਤੁਸੀਂ ਹੋਰ ਬਹੁਤ ਕੁਝ ਕਰ ਸਕਦੇ ਜਿਵੇਂ ਐਂਡ ਤੇ ਤੁਹਾਨੂੰ ਤੁਸੀਂ ਇੱਥੋਂ ਸਪਲਿਟ ਕਰ ਸਕਦੇ ਆ ਸਪਲਿਟ ਕਰਕੇ ਸਪਲਿਟ ਕਰ ਲਿਆ ਐ ਐਂਡ ਵਾਲਾ ਪਾਰਟ ਆਪਾਂ ਨੂੰ ਨਹੀਂ ਚਾਹੀਦਾ ਆਪਾਂ ਇੱਥੋਂ ਸਿੰਪਲੀ ਜਾ ਕੇ ਇਸ ਨੂੰ ਡਿਲੀਟ ਕਰ ਸਕਦੇ ਆ ਅਗਰ ਤੁਸੀਂ ਵੀਡੀਓ ਦੇ ਵਿੱਚ ਕੋਈ ਫੋਟੋ ਦਿਖਾਉਣੀ ਦਿਖਾਉਣੀ ਚਾਹੁੰਦੇ ਹੋ ਵੀ ਵੀਡੀਓ ਦੇ ਉੱਪਰ ਚੱਲਦੀ ਤੇ ਕੋਈ ਫੋਟੋ ਆ ਜਾਵੇ ਤਾਂ ਤੁਸੀਂ ਕੀ ਕਰਨਾ ਤੁਸੀਂ ਸਿੰਪਲੀ ਸਟicker ਤੇ ਜਾਣਾ ਸਟicker ਤੇ ਜਾ ਕੇ ਪਲੱਸ ਵਾਲੇ ਸਾਈਨ ਤੇ ਪਹਿਲਾਂ ਆਪਣੇ ਕੋ ਇਥੇ ਇਮੋਜੀ ਦੇ ਹੁੰਦੇ ਤੁਸੀਂ ਸਟicker ਤੇ ਕਰ ਲੈਣਾ ਸਟicker ਤੇ ਜਾ ਕੇ ਪਲੱਸ ਵਾਲੇ ਸਾਈਨ ਤੇ ਕਲਿੱਕ ਕਰਨਾ ਜਿੱਥੇ ਜੀ ਕੋਈ ਫੋਟੋ ਪਈ ਹੈ ਤੁਹਾਡੀ ਤੁਸੀਂ ਫੋਟੋ ਨੂੰ ਚੱਕ ਕੇ ਉਸ ਦੇ ਵਿੱਚ ਲੈ ਜਾਣਾ ਜਿਵੇਂ ਇੱਥੇ ਆਪਣੇ ਮੈਂ ਇੱਕ ਫੋਟੋ ਇੰਪੋਰਟ ਕਰ ਲੈਣਾ ਇਹ ਫੋਟੋ ਆਪਣੀ ਇੱਥੇ ਆ ਗਈ ਇਹ ਮੈਂ ਇਸ ਨੂੰ ਫੋਟੋ ਨੂੰ ਵੱਡੀ ਛੋਟੀ ਕਰਕੇ ਕਿਤੇ ਵੀ ਲਾ ਸਕਦਾ ਮੰਨ ਲਓ ਮੈਂ ਫੋਟੋ ਇਹਨੂੰ ਇੱਥੇ ਰੱਖ ਦੇਣਾ ਇਧਰਲੇ ਪਾਸੇ ਐਦਾਂ ਲਾ ਸਕਦਾ ਸਿੰਪਲੀ ਇਸ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਵੀ ਤੁਸੀਂ ਇਸ ਨੂੰ ਵੱਡੀ ਛੋਟੀ ਕਰ ਸਕਦੇ ਠੀਕ ਹੈ ਇਸ ਤਰ੍ਹਾਂ ਤੁਸੀਂ ਕੋਈ ਵੀ ਫੋਟੋ ਆਪਣੇ ਫੋਨ ਦੀ ਗੈਲਰੀ ਦੇ ਵਿੱਚੋਂ ਇੱਥੇ ਇੰਪੋਰਟ ਕਰ ਸਕਦੇ ਹੋ ਠੀਕ ਹੈ ਜੀ ਔਰ ਹੋਰ ਹੋਰ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਜਿਵੇਂ ਇਸ ਦੇ ਅੱਗੇ ਆਪਾਂ ਨੇ ਕੋਈ ਫੋਟੋ ਐਡ ਕਰਨੀ ਹੈ ਤਾਂ ਆਪਾਂ ਇੱਥੇ ਪਲੱਸ ਤੇ ਜਾਵਾਂਗੇ ਇੱਥੇ ਫੋਟੋਸ ਤੇ ਜਾਵਾਂਗੇ ਆਪਾਂ ਇਸ ਤੇ ਕੋਈ ਵੀ ਫੋਟੋ ਐਡ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਦੇਖੋ ਇਹ ਫੋਟੋ ਇਹਨਾਂ ਦੇ ਵਿਚਕਾਰ ਐਡ ਹੋ ਚੁੱਕੀ ਹੈ ਅਗਰ ਇਹ ਤੁਹਾਨੂੰ ਫੋਟੋ ਅੱਗੇ ਚਾਹੀਦੀ ਹੈ ਤੁਸੀਂ ਸਿੰਪਲੀ ਇਸ ਤੇ ਪ੍ਰੈਸ ਕਰਕੇ ਰੱਖੋ ਇਹ ਫੋਟੋ ਤੇ ਅੱਗੇ ਆਪਰੇ ਇਸ ਨੂੰ ਫੋਟੋ ਨੂੰ ਚੱਕ ਕੇ ਅੱਗੇ ਕਰ ਦਿੰਨੇ ਆ ਜੇ ਤੁਹਾਨੂੰ ਪਿੱਛੇ ਚਾਹੀਦੀ ਹੈ ਪਿੱਛੇ ਕਰ ਦੋ ਜਿਹੜੇ ਜਿੱਥੇ ਚਾਹੀ ਜੇ ਤੁਹਾਨੂੰ ਤੁਸੀਂ ਉੱਥੇ ਕਰ ਸਕਦੇ ਹੋ ਦੇਖੋ ਹੁਣ ਮੈਂ ਪਲੇ ਕਰਦਾ ਵੀਡੀਓ ਪਹਿਲਾਂ ਆਪਣੀ ਕਿੱਥੋਂ ਪਲੇ ਹੁੰਦੀ ਸੀ ਹੁਣ ਕਿੱਥੋਂ ਹੋਈਏ ਦੇਖੋ ਸਾਰੇ ਕੁਝ ਇਸੇ ਤਰ੍ਹਾਂ ਹੀ ਹੋ ਗਿਆ ਠੀਕ ਹੈ ਜੀ ਹੋਰ ਬਹੁਤ ਸਾਰੇ ਇਸ ਦੇ ਵਿੱਚ ਇਫੈਕਟਸ ਨੇ ਰਿਕਾਰਡ ਹੈ ਤੁਸੀਂ ਆਪਣੀ ਆਵਾਜ਼ ਰਿਕਾਰਡ ਕਰ ਸਕਦੇ ਹੋ ਕ੍ਰੋਪ ਕਰ ਸਕਦੇ ਹੋ ਜਿਵੇਂ ਤੁਹਾਨੂੰ ਇਹ ਪਾਰਟ ਨਹੀਂ ਚਾਹੀਦਾ ਇਧਰੋਂ ਪਾਸੇ ਐਨੀ ਵੀਡੀਓ ਚਾਹੀਦੀ ਹੈ ਤੁਸੀਂ ਇਸ ਇਧਰੋਂ ਕ੍ਰੋਪ ਕਰ ਸਕਦੇ ਹੋ ਉੱਪਰੋਂ ਕ੍ਰੋਪ ਕਰ ਸਕਦੇ ਹੋ ਇਦਾਂ ਕ੍ਰੋਪ ਕਰ ਦਿੰਨੇ ਆਪਾਂ ਜਿਵੇਂ ਕਿ ਮੈਨੂੰ ਇਦਰੋਂ ਵੀਡੀਓ ਚਾਹੀਦੀ ਐ ਇੰਨੀ ਚਾਹੀਦੀ ਐ ਮੈਂ ਇਥੋਂ ਕ੍ਰੋਪ ਕਰ ਦੇਣਾ ਠੀਕ ਹੈ ਜੀ ਮੇਰੇ ਕੋਲ ਇੰਨੀ ਕੀ ਵੀਡੀਓ ਆ ਗਈ ਜੋ ਇਦਰਲੇ ਪਾਸੇ ਸੀਗਾ ਉਹ ਕੱਟਿਆ ਗਿਆ ਵੀਡੀਓ ਨੂੰ ਰੋਟੇਟ ਕਰ ਸਕਦੇ ਆ ਇਹ ਦੇਖੋ ਜੇ ਤੁਹਾਡੀ ਵੀਡੀਓ ਹੋਰ ਪਾਸੇ ਨਹੀਂ ਬਣੀ ਹੈ ਤੁਸੀਂ ਇਸ ਨੂੰ ਸਿੱਧਾ ਕਰ ਸਕਦੇ ਹੋ ਠੀਕ ਹੈ ਜੀ ਫਲਿੱਪ ਕਰ ਸਕਦੇ ਹੋ ਇਦਰ ਨੂੰ ਹੋ ਜਾਏਗੀ ਵੀਡੀਓ ਠੀਕ ਹੈ ਜੀ ਉਸ ਤੋਂ ਬਾਅਦ ਕ੍ਰੋਪ ਬਹੁਤ ਸਾਰੀਆਂ ਆਪਸ਼ਨਸ ਨੇ ਤੁਸੀਂ ਟਰਾਈ ਕਰ ਸਕਦੇ ਠੀਕ ਹੈ ਜੀ ਅਗਰ ਤੁਹਾਨੂੰ ਇਸ ਨੂੰ ਯੂਜ਼ ਕਰਨ ਦੇ ਵਿੱਚ ਹੋਰ ਇੱਕ ਹੈ ਇਸ ਦੇ ਵਿੱਚ ਤੁਸੀਂ ਮਿਊਜ਼ਿਕ ਐਡ ਕਰ ਸਕਦੇ ਮਿਊਜ਼ਿਕ ਤੇ ਕਲਿੱਕ ਕਰਕੇ ਬਹੁਤ ਸਾਰੇ ਮਿਊਜ਼ਿਕ ਪਏ ਨੇ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ ਜਾਂ ਤੁਹਾਡੇ ਫੋਨ ਦੇ ਵਿੱਚ ਕੋਈ ਮਿਊਜ਼ਿਕ ਹੈ ਮਾਈ ਮਿਊਜ਼ਿਕ ਤੇ ਜਾ ਕੇ ਤੁਸੀਂ ਮਿਊਜ਼ਿਕ ਐਡ ਕਰ ਸਕਦੇ ਠੀਕ ਹੈ ਜੀ ਇਹ ਮਿਊਜ਼ਿਕ ਕਲਿੱਕ ਕਰਕੇ ਤੁਸੀਂ ਐਡ ਕਰ ਸਕਦੇ ਹੋ ਤੁਹਾਡੀ ਵੀਡੀਓ ਦੇ ਵਿੱਚ ਮਿਊਜ਼ਿਕ ਐਡ ਹੋ ਜਾਏਗਾ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਆਪਸ਼ਨਸ ਨੇ ਹੁਣ ਸਿੰਪਲੀ ਜੇ ਮੈਂ ਇਸ ਇਸ ਵੀਡੀਓ ਨੂੰ ਸੇਵ ਕਰਨਾ ਚਾਹਣਾ ਤਾਂ ਉੱਪਰ ਸੇਵ ਦੀ ਆਪਸ਼ਨ ਹੈ ਤੁਸੀਂ ਸੇਵ ਤੇ ਜਾਣਾ ਇਸ ਨੂੰ ਸੇਵ ਕਰ ਦੇਣਾ ਉਸ ਤੋਂ ਬਾਅਦ ਕੁਆਲਿਟੀ ਦੇਖੋ ਕਵਾਲਿਟੀ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਤੁਸੀਂ 720 ਹੀ ਰੱਖੋ ਇਸ ਦੇ ਵਿੱਚੋਂ ਤੁਸੀਂ ਹਾਈ ਕੁਆਲਿਟੀ ਚੁਆਇਸ ਕਰੋ ਹਾਈ ਕੁਆਲਿਟੀ ਤੋਂ ਬਾਅਦ ਤੁਸੀਂ ਇੱਥੇ ਸਿੰਪਲੀ ਸੇਵ ਕਰ ਦੇਣਾ ਤੇ ਇਹ ਸੇਵ ਹੋਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਅਗਰ ਤੁਹਾਨੂੰ ਇਸ ਐਪਲੀਕੇਸ਼ਨ ਨੂੰ ਯੂਜ਼ ਕਰਨ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਸਮੱਸਿਆ ਲਿਖ ਸਕਦੇ ਹੋ ਤੇ ਮੈਂ ਉਸ ਦਾ ਰਿਪਲਾਈ ਜ਼ਰੂਰ ਕਰਾਂਗਾ ਧੰਨਵਾਦ